ਅੱਜ ਇੱਕ ਅੱਤਵਾਦ ਦੇ ਦੌਰ ਦੀ ਹੱਡਬੀਤੀ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣੀ ਹੈ। ਬਹੁਤ ਲੋਕ ਮੈਨੂੰ ਫੋਨ ਕਰਦੇ ਹੈ, ਉਹ ਲੋਕ ਵੀ ਨੇ ਜਿਹੜੇ ਮੇਰੇ ਬਰਖਿਲਾਫ ਵੀ ਨੇ ਔਰ ਉਹ ਵੀ ਨੇ ਜਿਹੜੇ ਮੈਨੂੰ ਚਾਹੁਣ ਵਾਲੇ ਵੀ ਹੈ। ਮੇਰੇ ਕੋਲ ਫੋਨ ਇਸ ਕਰਕੇ ਆਉਂਦਾ ਕਿਉਂਕਿ ਜਿਹੜੀ ਗੱਲ ਮੈਨੂੰ ਲੱਗੇ ਵੀ ਇਹ ਸੱਚ ਹੈ, ਮੈਂ ਉਹ ਚਾਹੁੰਦਾ ਹੁੰਦਾ ਕਿ ਲੋਕਾਂ ਤੱਕ ਉਹ ਗੱਲ ਪਹੁੰਚਾਈ ਜਾਵੇ। ਅਸਲ ਵਿੱਚ ਜਦੋਂ ਤੁਸੀਂ ਜੂਨ 84 ਦਾ ਜਾਂ ਅੱਤਵਾਦ 88 ਤੋਂ 94-95 ਤੱਕ ਦਾ ਦੌਰ ਵੇਖਦੇ ਹੋ ਤਾਂ ਉਹ ਇੱਕ ਪੰਜਾਬ ਲਈ ਗਰਦਿਸ਼ ਵਾਲਾ, ਕਾਲੀਆਂ ਰਾਤਾਂ ਵਾਲਾ ਦੌਰ ਸੀ ਜਿਹਦੇ ਵਿੱਚ ਪੰਜਾਬ ਪੂਰੇ ਦਾ ਪੂਰਾ ਝੁਲਸਿਆ ਗਿਆ, ਬਰਬਾਦ ਹੋਇਆ। ਅੱਜ ਤੱਕ ਉਦੋਂ ਦੇ ਡਰੇ ਹੋਏ ਬਜ਼ੁਰਗ ਅੱਜ ਵੀ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ, ਪਰ ਕੁਝ ਹੁੱਲੜਵਾਜ ਨੇ ਜਿਹੜੇ ਫੁਕਰੀਆਂ ਮਾਰਦੇ ਨੇ ਅਤੇ ਫੁਕਰੀਆਂ ਸੁਣਦੇ ਨੇ ਅਤੇ ਉਹ ਅੱਜ ਵੀ ਅਕਲ ਤੋਂ ਕੰਮ ਨਹੀਂ ਲੈਂਦੇ। ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ, ਅੱਤਵਾਦ ਦੇ ਦੌਰ ਦੀ ਇਹ ਗੱਲ ਹੈ। ਅਮੈਰੀਕਾ ਦੇ ਵਿੱਚ ਜਦੋਂ ਇੱਕ ਪਰਿਵਾਰ ਦੀ ਮੈਂ ਸਟੋਰੀ ਪਾਈ ਹੈ ਉੱਥੋਂ ਗੱਲਬਾਤ ਕਰਕੇ, ਉਦੋਂ ਬਾਅਦ ਦੇ ਵਿੱਚ ਕਾਫੀ ਲੋਕਾਂ ਨੇ ਮੇਰੇ ਨਾਲ ਫੋਨ ਕਰਕੇ ਕੰਟੈਕਟ ਕੀਤਾ। ਪਰ ਮੇਰੀ ਇੱਕ ਫਿਤਰਤ ਹੈ, ਮੈਂ ਬਹੁਤ ਬਰੀਕੀ ਦੇ ਨਾਲ ਪੁੱਛਦਾ ਹੁੰਦਾ ਤਾਂ ਕਿ ਜਾਣ ਬੁੱਝ ਕੇ ਕੋਈ ਇਹੋ ਜਿਹੀ ਸਟੋਰੀ ਮੈਂ ਚੈਨਲ 'ਤੇ ਨਾ ਪਾਵਾਂ ਜਿਹਦਾ ਕੋਈ ਮੂੰਹ ਸਿਰ ਜਾਂ ਕੋਈ ਬੁਨਿਆਦ ਜਾਂ ਕੋਈ ਤੱਥ ਨਾ ਹੋਵੇ। ਪਰ ਜਦੋਂ ਮੈਨੂੰ ਸਮਝ ਲੱਗਦੀ ਹੈ ਕਿ ਵਾਕਈ ਇਹ ਗੱਲ ਸਹੀ ਹੈ, ਮੈਂ ਉਦੋਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ। ਉਹ ਪਰਿਵਾਰ ਦੀ ਜਦੋਂ ਗੱਲ ਮੈਨੂੰ ਸੁਣਾਈ ਗਈ, ਕਹਿੰਦੇ ਘਰ ਦੇ ਵਿੱਚ 3 ਬੇਟੀਆਂ ਸੀ, 1 ਬੇਟਾ ਸੀ ਸਭ ਤੋਂ ਛੋਟਾ। ਉਹਨਾਂ ਨੇ ਜਿਹੜੀ ਦੂਸਰੀ ਬੇਟੀ ਸੀ ਜਾਣੀ ਕਿ ਉਹਦੀ ਮੈਰਿਜ ਦਾ ਦਿਨ ਰੱਖਿਆ ਹੋਇਆ ਸੀ। 1 ਬੇਟੀ ਉਹਨਾਂ ਦੀ ਪਹਿਲਾਂ ਵਿਆਹੀ ਹੋਈ ਸੀ। ਕਹਿੰਦੇ ਰਾਤ ਨੂੰ 10 ਵਜੇ ਅੱਤਵਾਦੀ, ਉਹਨਾਂ ਦੇ ਦੱਸਣ ਦੀ ਗੱਲ ਹੈ, ਕਹਿੰਦੇ ਜਦੋਂ ਵੀ ਅਸੀਂ ਮਿੰਨਤਾਂ ਤਰਲੇ ਕੀਤੇ ਉਦੋਂ ਸਾਨੂੰ ਇਹ ਕਿਹਾ ਗਿਆ ਕਿ ਕਿਸੇ ਭੰਡਰਾਂ ਵਾਲੇ ਦੀ ਮੂਵਮੈਂਟ ਦੇ ਬੰਦੇ ਹਾਂ, ਅਸੀਂ ਸਨ ਜਰਨੈਲ ਸਿੰਘ ਦੇ ਬੰਦੇ ਹਾਂ, ਇਹ ਗੱਲ ਕਹੀ। ਦੇਖੋ ਅੱਜ ਵੀ ਭਿੰਡਰਾਂ ਵਾਲਿਆਂ ਦੇ ਪ੍ਰਤੀ ਬਹੁਤ ਲੋਕਾਂ ਦਾ ਪਿਆਰ ਹੈ, ਸਤਿਕਾਰ ਹੈ, ਪਰ ਜਿਹੜੀ ਸੱਚਾਈ ਹੈ ਉਹਨੂੰ ਅਸੀਂ ਛੁਪਾ ਨਹੀਂ ਸਕਦੇ। ਕਹਿੰਦੇ ਸਾਡੇ ਘਰ ਦੇ ਵਿੱਚ ਬੇਟੀ ਦਾ ਵਿਆਹ ਰੱਖਿਆ ਹੋਇਆ, ਦਿਨ ਬਹੁਤ ਥੋੜ੍ਹੇ ਸੀ, 15-18। ਸਾਡੇ ਘਰ ਦੇ ਵਿੱਚ ਕਹਿੰਦੇ ਉਸ ਵਕਤ 5 ਤੋਲੇ ਸੋਨਾ ਪਿਆ ਸੀ, ਜਿਹੜਾ ਅਸੀਂ ਆਪਣੇ ਜਵਾਈ ਜਾਣੀ ਕਿ ਕੁੜੀ ਦੇ ਪ੍ਰਾਹੁਣੇ ਨੂੰ ਜਿਵੇਂ ਪੰਜਾਬੀ ਵਿੱਚ ਕਹਿੰਦੇ ਅਸੀਂ ਪਾਉਣਾ ਸੀ। ਅਤੇ ਘੱਟੋ ਘੱਟ ਕਹਿੰਦੇ ਸਾਡੇ ਘਰ ਦੇ ਵਿੱਚ
ਪੌਣੇ ਕੁ 2 ਲੱਖ ਰੁਪਈਆ ਪਿਆ ਸੀ। ਇਹ ਗੱਲ ਜਿਹੜੀ ਮੇਰੇ ਕੰਨਾਂ ਵਿੱਚ ਪਈ ਹੈ। ਕਹਿੰਦੇ ਅਸੀਂ ਪਹਿਲਾਂ ਪ੍ਰਸ਼ਾਦਾ ਬਣਾ ਕੇ ਛਕਾਇਆ ਅਤੇ ਸਰਦੀਆਂ ਦੀ ਰੁੱਤ ਦੀ ਇਹ ਗੱਲ ਹੈਗੀ ਹੈ। ਕਹਿੰਦੇ ਪ੍ਰਸ਼ਾਦਾ ਛਕਿਆ, ਦੁੱਧ ਛਕਾਇਆ, ਇੱਥੋਂ ਤੱਕ ਵੀ ਉਹਨਾਂ ਨੇ ਕਿਹਾ, ਕਹਿੰਦੇ ਉਹਨਾਂ ਵਿੱਚੋਂ 4 ਬੰਦੇ ਸੀ, 2 ਦੀ ਸ਼ਰਾਬ ਪੀਤੀ ਹੋਈ ਸੀ। ਅਤੇ ਜਦੋਂ ਕਹਿੰਦੇ ਪ੍ਰਸ਼ਾਦਾ ਛਕਾ ਤਾ, ਬਾਅਦ ਵਿੱਚ ਕਹਿੰਦੇ ਉਹਨਾਂ ਨੇ ਸਾਨੂੰ ਕਿਹਾ, ਜੇ ਤੁਹਾਡੇ ਕੋਲ ਕੁਝ ਪੈਸੇ ਵਗੈਰਾ ਹੈਗੇ ਨੇ ਸਾਨੂੰ ਦੇ ਦਿਓ, ਅਸੀਂ ਅਸਲਾ ਲੈਣਾ। ਕਹਿੰਦੇ ਸਾਡੇ ਬਜ਼ੁਰਗਾਂ ਨੇ ਇਹ ਗੱਲ ਕਹਿਣ ਨਹੀਂ ਦਿੱਤੀ। ਕਹਿੰਦੇ ਉਸ ਵਕਤ ਕਹਿਤਾ ਵੀ ਸਾਡੇ ਕੋਲ 2 ਲੱਖ ਰੁਪਈਆ ਪਿਆ ਘਰ ਦੇ ਵਿੱਚ, ਤੁਸੀਂ ਲਿਜਾ ਸਕਦੇ। ਜਦੋਂ ਅਸੀਂ ਗੱਲ ਕੀਤੀ ਕਿ ਸਾਡੇ ਘਰ ਬੇਟੀ ਦਾ ਵਿਆਹ ਰੱਖਿਆ ਹੋਇਆ, ਕੋਈ ਗੱਲ ਨਹੀਂ, ਅਸੀਂ ਹੋਰ ਇੰਤਜ਼ਾਮ ਕਰ ਲਵਾਂਗੇ। ਫਿਰ ਕਹਿੰਦੇ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਕੋਲ ਕੋਈ ਟੋਮ, ਯਾਨੀ ਕਿ ਸੋਨਾ ਵਗੈਰਾ ਹੋਣਾ। ਕਹਿੰਦੇ ਅਸੀਂ ਝੂਠ ਨਹੀਂ ਬੋਲੇ, ਸੱਚਾ ਦਿੱਤਾ। ਕਹਿੰਦੇ ਅਸੀਂ ਉਹ ਸੋਨਾ ਵੀ ਚੱਕ ਕੇ ਫੜਾਤਾ, 5-6 ਤੋਲੇ, ਉਸ ਵਕਤ ਦੀ ਗੱਲ ਹੈ, ਕਹਿੰਦੇ ਸਾਡੇ ਘਰ ਵਿੱਚ ਸੀ। ਕਹਿੰਦੇ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਸੀ, ਕੋਈ ਗੱਲ ਨਹੀਂ ਸੀ। ਸਾਨੂੰ ਕਹਿੰਦੇ ਮਨ ਵਿੱਚ ਇਹ ਲੱਗਿਆ ਕਿ ਇਹ ਕੌਮੀ ਸੰਘਰਸ਼ ਵਿੱਚ ਜੁੜੇ ਹੋਏ ਨੇ ਅਤੇ ਕੌਮ ਲਈ ਕੁਝ ਕਰ ਰਹੇ ਨੇ, ਕੋਈ ਗੱਲ ਨਹੀਂ। ਅਸੀਂ ਕਹਿੰਦੇ ਵੇਚੇ ਚੁਕੋ ਕੇ ਸੋਨਾ ਵੀ ਫੜਾਤਾ ਅਤੇ 2.5 ਲੱਖ ਰੁਪਈਆ ਸੀ ਉਹ ਵੀ ਫੜਾਤਾ। ਜਦੋਂ ਕਹਿੰਦੇ ਅਸੀਂ ਸਭ ਕੁਛ ਫੜਾ ਦਿੱਤਾ, 3 ਬੰਦੇ ਕਹਿੰਦੇ ਅੰਦਰ ਨੇ, 1 ਬੰਦਾ ਬਾਹਰ ਖੜਾ, ਅਸਲਾ ਸੀ ਉਹਦੇ ਕੋਲ। ਉਹ ਬੰਦੇ ਕਹਿੰਦੇ ਇੰਨੇ ਗਏ ਗੁਜਰੇ ਸੀ ਸਾਡੀ ਬੇਟੀ ਦੇ ਨਾਲ, ਕਹਿੰਦੇ ਬਲਾਤਕਾਰ ਕੀਤਾ ਘਰ ਦੇ ਵਿੱਚ। ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਸ ਵਕਤ ਜੋ ਵਾਪਰਿਆ ਉਸ ਦੌਰ ਦੇ ਵਿੱਚ। ਕਹਿੰਦੇ ਸਾਨੂੰ ਬਾਕੀ ਮੈਂਬਰਾਂ ਨੂੰ 1 ਕਮਰੇ ਦੇ ਵਿੱਚ ਬੰਦ ਕਰ ਦਿੱਤਾ ਅਤੇ ਸਾਡੀ ਬੇਟੀ ਨੂੰ ਕਹਿੰਦੇ ਬਾਹਰ ਮੋਟਰ ਸੀ ਉੱਥੇ ਲੈ ਕੇ ਗਏ। ਅਸੀਂ ਕਹਿੰਦੇ ਕਿਸੇ ਕੋਲ ਕੁਝ ਨਹੀਂ ਦੱਸਿਆ ਅਤੇ ਸਾਡੀ ਬੇਟੀ ਕਹਿੰਦੇ 3-4 ਸਾਲ ਬਾਅਦ ਪਾਗਲ ਹੋ ਗਈ, ਅਸੀਂ ਮੈਰਿਜ ਨਹੀਂ ਕੀਤੀ। ਸਹੁਰਾ ਪਰਿਵਾਰ ਨੇ ਕਹਿੰਦੇ ਵੇਟ ਵੀ ਕੀਤਾ ਕਿ ਸ਼ਾਇਦ ਬੇਟੀ ਮੰਨ ਜਾਵੇ। ਕਹਿੰਦੇ ਅਸੀਂ ਬਹਾਨੇ ਲਾਉਂਦੇ ਰਹੇ, ਦਿਮਾਗੀ ਤੌਰ 'ਤੇ ਪਰੇਸ਼ਾਨ ਹਾਂ, ਅਸੀਂ ਕੋਲ ਕਿਸੇ ਕੋਲ ਕੁਝ ਦੱਸਿਆ ਨਹੀਂ। ਮੈਂ ਜਦੋਂ ਇਹ ਗੱਲਬਾਤ ਸੁਣੀ ਹੈ ਨਾ, ਤੁਸੀਂ ਹੈਰਾਨ ਹੋਵੋਗੇ। ਮੈਂ ਬਹੁਤ ਵਾਰ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਤੁਸੀਂ ਅੱਜ ਕਿਸ ਦੱਸਣਾ ਚਾਹੋਗੇ, ਉਹ ਕਹਿੰਦੇ ਕੀ ਦੱਸੀਏ, ਕੀ ਅੱਜ ਸਾਨੂੰ ਇਨਸਾਫ ਮਿਲੂਗਾ। ਮਤਲਬ ਕਹਿਣ ਤੋਂ ਇਹ ਹੈ ਕਿ ਜਿਸ ਬੰਦੇ ਦੇ ਨਾਲ, ਜਿਸ ਪਰਿਵਾਰ ਦੇ ਵਿੱਚ ਇਹ ਘਟਨਾਵਾਂ ਵਾਪਰੀਆਂ ਨੇ, ਉਹ ਪਰਿਵਾਰ ਚਾਹੁੰਦੇ ਨੇ ਕਿ ਅਸੀਂ ਆਪਣੀ ਮਿੱਟੀ ਆਪ ਕਿਉਂ ਪੱਟੀਏ। ਮਤਲਬ ਕਹਿਣ ਤੋਂ ਕਿ ਜਿਹੜਾ ਹੁਣ ਦਾ ਦੌਰ ਚੱਲਦਾ, ਇਹਦੇ ਵਿੱਚ ਲੋਕ ਸੰਚੇਤ ਹੋ ਜਾਣ, ਜਿਹੜੀਆਂ ਇਹ ਮੂਵਮੈਂਟਾਂ, ਇਹ ਲਹਿਰਾਂ ਜਿਹੜੀਆਂ ਚੱਲਦੀਆਂ ਨੇ, ਇਹਨਾਂ ਤੋਂ ਬਚਾਅ ਕੀਤਾ ਜਾਵੇ। ਹੁਣ ਜਦੋਂ ਮੈਂ ਇਹਨਾਂ ਵਿਸ਼ਿਆਂ 'ਤੇ ਬੋਲਦਾ, ਬਹੁਤੇ ਮੈਨੂੰ ਫੋਨ ਕਰਕੇ ਧਮਕੀਆਂ ਦੇਣਗੇ
ਜੇ ਉਦੋਂ ਭਿੰਡਰਾਂ ਵਾਲੇ ਨੇ ਇੱਦਾਂ ਕਰਤਾ ਸੀ ਹੁਣ ਕਿਹੜਾ ਕਰ ਨਹੀਂ ਸਕਦੇ, ਜੋ ਉਦੋਂ ਖਾੜਕੂਆਂ ਨੇ ਕਿਸੇ ਨੂੰ ਚੱਕ ਕੇ ਕਤਲ ਕਰਤਾ ਸੀ ਹੁਣ ਕਿਹੜਾ ਕਰ ਨਹੀਂ ਸਕਦੇ, ਹੁਣ ਕਿਹੜਾ ਯੋਧੇ ਮਰ ਗਏ, ਮੈਨੂੰ ਇੱਦਾਂ ਕਹਿੰਦੇ। ਮੈਨੂੰ ਇਹ ਨਹੀਂ ਕੋਈ ਮਤਲਬ ਹੈਗਾ ਤੁਸੀਂ ਉਦੋਂ ਕੀ ਕੀਤਾ ਤੁਸੀਂ ਅੱਜ ਕੀ ਕਰੋਗੇ। ਜੇ ਤੁਹਾਡੇ ਦਿਮਾਗ ਵਿੱਚ ਇਹ ਕਿਸੇ ਨੇ ਗਲਤ ਸਿੱਖਿਆ ਪਾਈ ਹੈ ਕਿ ਅਸੀਂ ਮਾਰ ਧਾੜ ਦੇ ਨਾਲ ਕੌਮ ਦੀ ਗੱਲ ਕਰਾਂਗੇ, ਅਸੀਂ ਮਾਰ ਧਾੜ ਦੇ ਨਾਲ ਸਿੱਖ ਕੌਮ ਨੂੰ ਅੱਗੇ ਵਧਾਵਾਂਗੇ, ਇਹ ਬਹੁਤ ਵੱਡੀ ਗਲਤ ਫਹਿਮੀ ਹੈ। ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਫਲਸਫੇ ਦੀ ਗੱਲ ਕਰਨੀ ਹੈ। ਅੱਜ ਸਾਨੂੰ ਲੋੜ ਹੈ ਵਿਚਾਰ ਦੀ ਅਤੇ ਕਲਮ ਦੀ, ਪਰ ਅਸੀਂ ਇਹਦੇ ਉਲਟ ਕੀਤਾ। ਜਦੋਂ ਸਾਨੂੰ ਜਰਾਇਮ ਪੇਸ਼ਾ ਕੌਮ ਕਿਹਾ ਗਿਆ, ਜਿਹੜੇ ਵੱਡੇ ਦਿਮਾਗ ਵਾਲੇ ਸੀ ਨਾ, ਉਹਨਾਂ ਨੇ ਆਪਣੀ ਫਿਲੋਸਫੀ ਦੇ ਮੁਤਾਬਕ ਕਲਟ ਸ਼ਬਦ ਵਰਤਿਆ ਇੰਗਲਿਸ਼ ਦੇ ਵਿੱਚ, ਉਹਦੇ ਅਰਥ ਪੰਜਾਬੀ ਦੇ ਵਿੱਚ ਜਰਾਇਮ ਪੇਸ਼ਾ ਕੌਮ ਹੀ ਹੈ। ਜਰਾਇਮ ਪੇਸ਼ਾ ਕੌਮ ਸਿੱਖ ਕੌਮ ਨਹੀਂ ਹੈਗੀ। ਬਾਬੇ ਨਾਨਕ ਨੇ ਜਿਹੜੀ ਕੌਮ ਬਣਾਈ ਹੈ ਨਾ, ਜਿਹੜੀ ਕੌਮ ਦੀ ਸਿਰਜਣਾ ਕੀਤੀ ਹੈ ਨਾ, ਉਹ ਮਾਰ ਧਾੜ ਵਾਲੀ ਜਾਂ ਜਰਾਇਮ ਪੇਸ਼ਾ ਕੌਮ ਨਹੀਂ ਹੈਗੀ। ਜਰਾਇਮ ਪੇਸ਼ਾ ਕੌਮ ਜਦੋਂ ਅਸੀਂ ਸਿੱਖ ਕੌਮ ਦੇ ਵਿੱਚ ਇਹੋ ਜਿਹੀਆਂ ਕਰਤੂਤਾਂ ਕੀਤੀਆਂ, ਖਾੜਕੂਬਾਦ ਦੇ ਸਮੇਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਜਾ ਕੇ ਪਹਿਲਾਂ ਫਰੋਤੀਆਂ ਮੰਗੀਆਂ, ਫਿਰ ਉਹਨਾਂ ਘਰਾਂ ਦੇ ਵਿੱਚ ਇੱਜ਼ਤਾਂ ਲੁੱਟੀਆਂ, ਬਲਾਤਕਾਰ ਕੀਤੇ ਗਏ, ਜਰਾਇਮ ਪੇਸ਼ਾ ਕੌਮ ਦਾ ਜਿਹੜਾ ਟੈਗ ਹੈ ਸਾਡੇ 'ਤੇ ਫੇਰ ਲੱਗਿਆ। ਹੁਣ ਮੈਂ ਇੱਥੇ ਇੱਕ ਬੇਨਤੀ ਕਰਨੀ ਹੈ। ਮੈਂ ਇੱਕ ਦਿਨ ਪਹਿਲਾਂ ਵੀਡੀਓ ਚੱਲੀ, ਉਹਦੇ ਵਿੱਚ ਆਪਣਾ ਫੋਨ ਨੰਬਰ ਦੇਤਾ, ਬਹੁਤੇ ਲੋਕ ਫੋਨ ਕਰਦੇ ਸੀ, ਤੁਸੀਂ ਫੋਨ ਨੰਬਰ ਸ਼ੇਅਰ ਕਰੋ। ਵੈਸੇ ਤਾਂ ਮੇਰਾ ਪੇਜ 'ਤੇ ਨੰਬਰ ਹੈਗਾ, ਕਿਉਂਕਿ ਜਿਹੜਾ ਟਕਸਾਲੀ ਲਾਣਾ ਜਾਂ ਖਾੜਕੂਬਾ ਜਾਂ ਖਾਲਿਸਤਾਨੀ ਨੇ, ਇਹਨਾਂ ਨੇ ਗਲਤ ਕਰਨੀ ਨਹੀਂ ਹੁੰਦੀ, ਇਹ ਤਾਂ ਇਹਨਾਂ ਨੇ ਗਾਲਾਂ ਕੱਢਣੀਆਂ ਹੁੰਦੀਆਂ ਨੇ, ਇਸ ਕਰਕੇ ਮੈਂ ਫੋਨ ਨੰਬਰ ਸ਼ੇਅਰ ਨਹੀਂ ਕੀਤਾ ਸੀ। ਪਰ ਮੈਨੂੰ ਹੁਣ ਪਤਾ ਲੱਗਿਆ ਜਦੋਂ ਮੈਂ ਫੋਨ ਨੰਬਰ ਸ਼ੇਅਰ ਕਰ ਦਿੱਤਾ ਤਾਂ ਉਹ ਲੋਕ ਜਿਨ੍ਹਾਂ ਦੇ ਨਾਲ ਇਹ ਵਾਪਰਿਆ ਹੋਇਆ ਉਹ ਦੱਸ ਰਹੇ ਨੇ। ਮੇਰੇ ਕੋਲ ਫੋਨ ਦੇ ਵਿੱਚ ਜੇ ਕੋਈ ਰਿਕਾਰਡਿੰਗ ਵੀ ਦੇਖਣਾ ਚਾਹੇ, ਮੈਂ ਫੋਨ ਦੇ ਵਿੱਚ ਕਦੇ ਰਿਕਾਰਡਿੰਗ ਨਹੀਂ ਕੀਤੀ ਅਤੇ ਨਾ ਮੈਂ ਕਰਦਾ। ਡਰਦੇ ਡਰਦੇ ਲੋਕ ਗੱਲਾਂ ਕਰਦੇ ਆ ਕਿ ਤੁਸੀਂ ਸਾਡੀ ਕਿਤੇ ਰਿਕਾਰਡਿੰਗ ਵਾਇਰਲ ਨਾ ਕਰ ਦਿਓ, ਨਿੜਤੇ ਨਾ ਚਲੀ ਜਾਵੇ। ਮੈਂ ਨਹੀਂ, ਇੱਦਾਂ ਨਹੀਂ ਮੈਂ ਕਰ ਸਕਦਾ। ਹਾਂ, ਜੇ ਕੋਈ ਇਹ ਸਟੋਰੀਆਂ ਸੁਣ ਕੇ ਧੌਣ ਵਿੱਚ ਕਿੱਲਾ ਰੱਖੇ ਕਿ ਤੁਸੀਂ ਜਾਣ ਬੁੱਝ ਕੇ ਕਰਦੇ ਹੋ, ਤਾਂ ਉਹ ਬੰਦਾ ਆਪਣੀ ਧੌਣ ਅਤੇ ਆਪਣੇ ਧੌਣ ਵਾਲਾ ਕਿੱਲਾ ਲੈ ਕੇ ਅਦਾਲਤ ਵਿੱਚ ਚਲਾ ਜਾਵੇ, ਉੱਥੇ ਕੇਸ ਕਰੇ ਕਿ ਬੂਟਾ ਸਿੰਘ ਆਹ ਬਕਵਾਸ ਕਰਦਾ, ਫਿਰ ਉਹ ਪਰਿਵਾਰ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰ ਦਿਆਂਗੇ, ਤੁਹਾਡੇ ਛਿੱਤਰ ਪੈਂਦੇ ਦੇਖਿਓ। ਕੋਈ 500-700 ਸਾਲ ਥੋੜ੍ਹੀ ਹੋਇਆ ਯਾਰ, 92-93 ਦੀ ਗੱਲ ਜਿਹੜੀ ਹੈ, ਕਿੰਨੇ ਕੁ ਸਾਲ ਹੋ ਗਏ, 25 ਆਹ ਲਾ ਲਓ ਅਤੇ 7 ਕੁ ਪਹਿਲਾਂ ਲਾ ਲਓ, 32-33 ਗੱਲ ਸਾਲ ਦੀ ਗੱਲ ਹੀ ਹੈ। ਅੱਜ ਉਹ ਪਰਿਵਾਰ ਬੈਠੇ ਨੇ ਇੱਥੇ, ਕੁਝ ਇੱਥੇ ਬੈਠੇ ਹੈ, ਕੁਝ ਡਰਦੇ, ਕੋਈ ਅਮੈਰੀਕਾ ਚਲਾ ਗਿਆ, ਕੋਈ ਕੈਨੇਡਾ ਚਲਾ ਗਿਆ, ਕੋਈ ਆਸਟ੍ਰੇਲੀਆ ਚਲਾ ਗਿਆ, ਕੋਈ ਇੰਗਲੈਂਡ ਚਲਾ ਗਿਆ। ਪਰ ਮੈਂ ਇੱਕ ਵਾਅਦਾ ਕਰਦਾ, ਜਿਹੜੀ ਮੈਂ ਗੱਲਬਾਤ ਕਰਦਾ, ਮੈਂ ਕਿਸੇ ਤੋਂ ਡਰ ਕੇ ਕੋਈ ਗੱਲ ਨਹੀਂ ਕੀਤੀ ਅੱਜ ਤੱਕ, ਅਤੇ ਨਾ ਹੀ ਕਰਨੀ ਹੈ। ਜਿਹੜਾ ਕੋਈ ਅੱਤਵਾਦੀ ਹੋਵੇ, ਕੋਈ ਖਾਲਿਸਤਾਨੀ ਹੋਵੇ, ਕੋਈ ਗੈਂਗਸਟਰ ਹੋਵੇ, ਜੋ ਮਰਜ਼ੀ ਕਰਕੇ ਦੇਖ ਲਿਓ, ਇਹਦਾ ਮਤਲਬ ਇਹ ਨਹੀਂ
ਕਿ ਅਸੀਂ ਤੁਹਾਡੇ ਵਾਂਗ ਬਕਵਾਸ ਕਰਨਾ। ਪਰ ਇੰਨੀ ਗੱਲ ਹੈ ਕਿ ਜ਼ਰੂਰਤ ਰੱਖਦੇ ਹਾਂ, ਜਿਹੜੀ ਗੱਲ ਦਾ ਮੈਨੂੰ ਪਤਾ ਲੱਗ ਗਿਆ ਕਿ ਆਹ ਘਟਨਾ ਵਾਪਰੀ ਹੈ, ਇਹ ਪੰਜਾਬ ਦੇ ਵਿੱਚ ਕਰਤੂਤਾਂ ਇਹਨਾਂ ਖਾੜਕੂਵਾਦ ਵੇਲੇ ਇਹਨਾਂ ਵੱਡੇ ਖਾੜਕੂਆਂ ਨੇ ਜਾਂ ਭਿੰਡਰਾਂ ਵਾਲਿਆਂ ਨੇ ਕੀਤੀਆਂ ਨੇ, ਉਹ ਸਾਰੀਆਂ ਨੰਗੀਆਂ ਕਰਕੇ ਛੱਡੂ, ਜਿੰਨਾ ਮਰਜ਼ੀ ਜ਼ੋਰ ਲੱਗਦੇ ਲਾ ਕੇ ਦੇਖ ਲਿਓ, ਕੋਈ ਡਰਦੇ ਨਹੀਂ ਕਿਸੇ ਤੋਂ। ਇਹ ਬੇਨਤੀ ਪ੍ਰਵਾਨ ਕਰਿਓ। ਔਰ ਹੋਰ ਵੀ ਜੇ ਕੋਈ ਸੱਜਣ ਜਾਂ ਕਿਸੇ ਪਰਿਵਾਰ ਦੇ ਨਾਲ ਕੋਈ ਇਹੋ ਜਿਹੀ ਘਟਨਾ ਵਾਪਰੀ ਹੈ, ਮੈਨੂੰ ਦੱਸਿਓ, ਮੈਂ ਕਰਾਂਗਾ ਨੰਗੀ, ਕਿਸੇ ਦਾ ਜ਼ਿਕਰ ਨਹੀਂ ਕਰਦੇ, ਜ਼ਰੂਰ ਦੱਸਿਓ ਅਤੇ ਮੈਂ ਖੋਲ੍ਹਾਂਗਾ, ਕੋਈ ਡਰ ਨਹੀਂ।